ਸਮਾਜ ਵਿੱਚ ਔਰਤਾਂ ਨਾਲ ਦਿਨੋ ਦਿਨ ਦਾਜ ਦੇ ਲੋਭੀਆਂ ਵੱਲੋਂ ਤਸੀਹੇ ਦੇ ਕੇ ਮਾਰਿਆ ਜਾ ਰਿਹਾ ਹੈ। ਤਾਜ਼ਾ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਨਾਭਾ ਬਲਾਕ ਦੇ ਪਿੰਡ ਛੱਜੂ ਪੱਟ ਵਿਖੇ, ਜਿੱਥੇ ਇੱਕ ਔਰਤ ਨੇ ਆਪਣੇ ਸਹੁਰੇ ਪਰਿਵਾਰ ਦੇ ਦਾਜ ਦੀ ਮੰਗ ਨੂੰ ਲੈ ਕੇ ਉਸਤੇ ਪੈਟਰੋਲ ਪਾ ਕੇ ਅੱਗ ਲਗਾਉਣ ਦਾ ਆਰੋਪ ਲਗਾਇਆ। ਉਧਰ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿਹੜੀ ਮਰਨ ਹੋਣ ਕਾਰਨ ਪਹਿਲਾਂ ਨਾਭੇ ਦਾਖਲ ਹੋਈ ਸੀ, ਇੱਥੋਂ ਪਟਿਆਲੇ ਰੈਫਰ ਕਰਤੀ ਸੀ, ਪਟਿਆਲੇ ਤੋਂ ਸੈਕਟਰ 32 ਚੰਡੀਗੜ੍ਹ ਰੈਫਰ ਕਰਤੀ ਸੀ। ਸੈਕਟਰ 32 ਚੰਡੀਗੜ੍ਹ ਜਾ ਕੇ ਅਸੀਂ ਇਹਦਾ ਬਿਆਨ ਲਿਖਣ ਗਏ ਸੀ। ਡਾਕਟਰਾਂ ਨੇ ਲੜਕੀ ਨੂੰ ਅਨਫਿਟ ਦੱਸਿਆ ਸੀ। ਇਹਦੇ ਫਾਦਰ ਦੇ ਬਿਆਨ 'ਤੇ ਸਹੁਰੇ ਪਰਿਵਾਰ ਦੇ ਖਿਲਾਫ, ਚਾਰ ਬੰਦਿਆਂ ਦੇ ਖਿਲਾਫ ਮੁਕੱਦਮਾ ਨੰਬਰ 50 ਅੰਡਰ ਸਿੰਘ 307 498 IBC ਥਾਣਾ ਸਦਰਨਾਭਾ ਦਰਜ ਕੀਤਾ ਹੈ। ਉਹ ਉਹਦੇ ਫਾਦਰ ਨੇ ਲਿਖਾਇਆ ਵੀ ਇਹ ਤਾਂ ਦਾਜ ਦੀ ਮੰਗ ਕਰਦੇ ਮੋਟਰਸਾਈਕਲ ਦੀ ਅਤੇ 1,00,000 ਰੁਪਈਏ ਦੀ, ਇਸ ਕਰਕੇ ਤੰਗ ਕਰਦੇ। ਪੈਟਰੋਲ ਸੀ, ਪੈਟਰੋਲ। ਹਾਂਜੀ, ਨਹੀਂ ਜੀ, ਦੋਸ਼ੀ ਫਰਾਰ ਨੇ। ਨਾਭਾ ਤੋਂ ਬਿਜਖਰਾਂ ਦੀ ਰਿਪੋਰਟ, ਚੈਨਲ 2।